ਆਉਣ ਵਾਲੀ ਆਫ਼ਤ ਦੀਆਂ ਇਹ ਤਸਵੀਰਾਂ ਨੇ ਜਿੱਥੇ ਡੈਮ ਦੇ ਵਿੱਚ ਪਾਣੀ ਮਹਿਜ਼ ਖਤਰੇ ਦੇ ਨਿਸ਼ਾਨ ਤੋਂ 3 ਮੀਟਰ ਦੂਰ ਰਹਿ ਗਿਆ ਤੇ ਹੁਣ ਇਸ ਡੈਮ ਦੇ ਵਿੱਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਰਕੇ ਪਿੰਡਾਂ ਦੇ ਵਿੱਚ ਵੀ ਚੇਤਾਵਨੀ ਭਰੇ ਹੂਟਰ ਵੱਜਣ ਲੱਗ ਗਏ ਨੇ ਤੇ ਲੋਕਾਂ ਦੇ ਸਾਹ ਸੁੱਕੇ ਪਏ ਨੇ। ਤਸਵੀਰਾਂ ਦੇਖੋ ਕਿ ਡੈਮ ਦੇ 9 ਗੇਟ ਖੋਲੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਲਗਾਤਾਰ ਪਾਣੀ ਜਿਹੜਾ ਛੱਡਿਆ ਜਾ ਰਿਹਾ ਹੈ ਤੇ ਇਹ ਦੱਸ ਦਈਏ ਕਿ 1,51,000 ਕਿਊਸਿਕ ਪਾਣੀ ਇਸ ਡੈਮ ਦੇ ਵਿੱਚ ਛੱਡਿਆ ਗਿਆ ਸੀ, ਜਿਸ ਲਈ ਡੈਮ ਦੇ ਗੇਟ ਖੋਲਣੇ ਪੈ ਗਏ ਨੇ ਤੇ ਹੁਣ ਇਹ ਪਾਣੀ ਨਹਿਰਾਂ ਦੇ ਵਿੱਚ ਜਾ ਰਿਹਾ ਹੈ, ਜਿਸ ਕਰਕੇ ਨਹਿਰਾਂ ਕੰਢੇ ਵਾਸਤੇ ਤੇ ਦਰਿਆਵਾਂ ਕੰਢੇ ਵਾਸਤੇ ਪਿੰਡਾਂ ਦੇ ਵਿੱਚ ਚੇਤਾਵਨੀ ਭਰੇ ਹੂਟਰ ਵਜਾਏ ਜਾ ਰਹੇ ਨੇ ਕਿ ਲੋਕ ਅਲਰਟ ਹੋ ਜਾਣ, ਕਿਸੇ ਵੇਲੇ ਵੀ ਇੱਥੇ ਕਿਸੇ ਤਰ੍ਹਾਂ ਦੀ ਆਫ਼ਤ ਆ ਸਕਦੀ ਹੈ। ਲੋਕਾਂ ਦੇ ਸਾਹ ਸੁੱਕੇ ਪਏ ਨੇ ਕਿ ਆਖਿਰ ਇਸ ਆਫ਼ਤ ਦੇ ਵਿੱਚੋਂ ਕਿਵੇਂ ਲੰਘਣਗੇ। ਤਸਵੀਰਾਂ ਨਰਮਦਾ ਡੈਮ ਦੀਆਂ ਨੇ ਜਿੱਥੇ ਪਾਣੀ ਦਾ ਪੱਧਰ ਇਸ ਕਦਰ ਵੱਧ ਗਿਆ ਹੈ ਕਿ ਖਤਰੇ ਦੇ ਨਿਸ਼ਾਨ ਤੋਂ ਦੂਰੀ ਮਹਿਜ਼ 3 ਮੀਟਰ ਦੀ ਰਹਿ ਗਈ ਹੈ। ਮਹਿਜ਼ 3 ਮੀਟਰ ਦੂਰ ਹੈ ਪਾਣੀ ਖਤਰੇ ਦੇ ਨਿਸ਼ਾਨ ਤੋਂ, ਜਿਸ ਕਰਕੇ ਫਲੱਡ ਗੇਟ ਖੋਲ੍ਹਣੇ ਪੈ ਗਏ ਨੇ। ਇਹ ਪਹਿਲੀ ਵਾਰ ਕਿ ਨਰਮਦਾ ਡੈਮ ਦੇ ਵਿੱਚ 88% ਤੱਕ ਪਾਣੀ ਭਰ ਚੁੱਕਿਆ ਹੈ, ਜਿਸ ਲਈ ਹੁਣ ਇਸ ਡੈਮ ਦੇ 9 ਗੇਟ ਹੁਣ ਤੱਕ ਖੋਲ੍ਹ ਦਿੱਤੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਲਗਾਤਾਰ ਪਾਣੀ ਦਰਿਆਵਾਂ ਦੇ ਵਿੱਚ ਨਹਿਰਾਂ ਦੇ ਵਿੱਚ ਛੱਡਿਆ ਜਾ ਰਿਹਾ ਹੈ। ਕਿਉਂਕਿ ਇੱਥੇ ਡੈਮ ਦੇ ਵਿੱਚ ਵੀ 1,51,000 ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਕਰਕੇ ਇੱਥੇ ਸਰਦਾਰ ਸਰੋਵਰ ਨਰਮਦਾ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਡੈਮ ਦੇ ਗੇਟ ਖੋਲ੍ਹਣੇ ਪੈ ਗਏ ਨੇ। ਫਲੱਡ ਗੇਟ ਖੋਲ੍ਹਣ ਦੇ ਨਾਲ ਹੁਣ ਦਰਿਆਵਾਂ ਤੇ ਨਹਿਰਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਕਿ ਕਿਸੇ ਵੇਲੇ ਵੀ ਤਬਾਹੀ ਮਚ ਸਕਦੀ ਹੈ।